चलाई तो जिहड़े बंदे ने 855 चला लिया, वो दूजा ट्रैक्टर छेती फिट नहीं आता। दूजे ट्रैक्टर थोड़े जे मठे आ, भी जिन्हें 855 वाह लिया, वो तो साढ़े को ट्रैक्टर एक सोना लीका भी आते, पर स्वाद वाली गल नहीं। ठीक है, तो यह चल बही हूँ जिम्मे तेरा संद आई खूबियां गिनाती हूँ, ऐ भी दस दे ਕਿਹੜੀਆਂ ਕਮੀਆਂ ਲੱਗਦੀਆਂ ਵੀ ਤੇ ਜੇ ਕਿਤੇ ਇੰਨੇ ਪੈਸਿਆਂ ਦੇ ਵਿੱਚ ਹੁਣ ਤੁਹਾਨੂੰ ਹੋਰ ਕੋਈ ਨਵਾਂ ਟਰੈਕ ਲੈਣਾ ਹੋਵੇ ਵੀ ਹੁਣ 855 ਚੁਣੋਗੇ ਤੇ ਹੁਣ ਤਾਂ ਹਾਈ ਚੀਜ਼ ਧੱਕੇ ਮਾਰ ਦੇਣਗੇ। ਇਹਨਾਂ ਕੋਲ 855 ਟਰੈਕਟਰ ਹੈਗੇ ਆ ਵੀ ਉਹਨਾਂ ਦੀ ਮਦਦ ਹੋ ਸਕਦੀ। ਹਾਂ, ਜਿਹੜੇ ਉੱਥੇ ਨਾ ਯਾਨੀ ਕਿ ਬਜ਼ੁਰਗ ਸ਼ਰਤਾਂ ਲਾਉਣ ਲੱਗਣ ਲੱਗ ਗਈਆਂ ਸੀ ਟਰੈਕਟਰ 'ਤੇ ਵੀ ਇਹ ਨਹੀਂ ਰੁਕਦਾ, ਅਤੇ ਉਹ ਮੈਨੂੰ ਕਹਿੰਦੇ ਯਾਰ ਵੀ ਇਹਦੀ ਪਲੇਟ ਖੋਲਤੀ ਵੀ ਕੀ ਗੱਲ, ਡਰ ਗਏ ਵੀ ਅਰਜਨ ਤੋਂ ਕਾਹਤੋਂ ਮਾਣ ਵੀ ਜਿਵੇਂ ਕਿਹਦੀ ਬਦਲ ਗਿਆ ਇਹ ਤੇ ਆ ਗਿਆ ਵੀ ਇਹੋ ਜਿਹਾ ਕੀ ਖਾਸ ਬਾਈ ਸਾਂਭ ਸਮਾਈ ਦੇ ਵਿੱਚ ਕਰਦੇ ਆ ਵੀ ਇੰਨਾ ਵਧੀਆ ਰੱਖੀ ਬੈਠੇ ਆ। ਇਹ ਮੰਨ ਕੇ ਚੱਲੋ ਵੀ ਅਸੀਂ ਰੇਤਾ ਤਾਂ ਇਹਨੂੰ ਪੈਣ ਨਹੀਂ ਦਿੰਦੇ ਕਿਤੇ ਵੀ ਉਹ 2400 ਤੱਕ ਚੰਦੇ ਆ ਨਾ ਇਹਦੇ। ਹਾਂ, ਇਹ ਨਾ ਜਦੋਂ ਪਹਿਲਾਂ ਸੈਟਿੰਗ ਤੋਂ ਪਹਿਲਾਂ ਮੰਨ ਕੇ ਚੱਲ ਇਹ 2000 ਤੱਕ ਹੀ ਰਹਿੰਦਾ ਸੀਗਾ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਰਿਚ ਪੰਜਾਬ, ਤੇ ਅੱਜ ਤੁਹਾਨੂੰ ਅਸੀਂ 855 ਟਰੈਕਟਰ ਦਿਖਾਉਣੇ ਆ ਤੇ ਉਹਦੀ ਪੂਰੀ ਫੁੱਲ ਜਿਵੇਂ ਕਹਦੀ ਇੱਕ ਜਿਵੇਂ ਗੱਡੀਆਂ ਦਾ ਰਿਵਿਊ ਨਹੀਂ ਕਰਦੇ ਹੁੰਦੇ ਉਵੇਂ ਰਿਵਿਊ ਕਰਾਂਗੇ, ਕੱਲੀ ਕੱਲੀ ਚੀਜ਼ ਦੱਸਾਂਗੇ ਉਹਦੇ ਬਾਰੇ। ਬਾਈ ਬਲਜਿੰਦਰ ਆ ਸਾਡੇ ਪਿੰਡ ਤੇ ਉਹਦੇ ਨਾਲ ਮਿਲਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਹੈ ਜੀ? ਠੀਕ ਠਾਕ ਜੀ, ਵਧੀਆ ਜੀ। ਤੇ 855 ਬਾਈ ਹੈ ਤੁਹਾਡੇ ਕੋਲੇ? ਹਾਂ ਜੀ ਬਾਈ ਜੀ। ਪਹਿਲਾ ਸਵਾਲ ਤਾਂ ਬਾਈ ਮੇਰਾ ਇਹ ਆ ਵੀ 855 ਹੀ ਕਿਉਂ ਲਿਆ? ਨਿਊ ਹਾਲੈਂਡ ਵੀ ਆ, ਹੋਰ ਵੀ ਵਧੀਆ ਵਧੀਆ ਘੈਂਟ ਘੈਂਟ ਟਰੈਕਟ ਆ, ਵੀ ਇਹੀ ਲੈਣ ਦੇ ਪਿੱਛੇ ਕੀ ਕਾਰਨ ਸੀਗਾ? ਇਹ ਜਿਹੜਾ 855 ਦਾ ਟਰੈਕ ਤਾਂ ਇਹ ਰਿਪੇਅਰ ਹੈ ਨਹੀਂ ਮੇਨ। ਅੱਛਾ। ਇੱਕ ਬਹਾਈ ਬੂਹੀ 'ਚ 16 ਬੁਰਾ, ਕਈ ਆ ਕੋਈ ਤੇਜ਼ੀ ਦਾ ਕੰਮ ਹੈ, ਦੂਜੇ ਟਰੈਕਟਰ ਥੋੜ੍ਹੇ ਜਿਹੇ ਮੱਠੇ ਆ, ਉਹਨਾਂ ਦੀ ਅਲੱਗ ਅਲੱਗ ਕੰਮ 'ਚ ਅਲੱਗ ਅਲੱਗ ਟਰੈਕਟਰ ਕਾਮਯਾਬ ਆ, ਯਾਨੀ ਕਿ ਬਹਾਈ ਬੂਹੀ ਦੇ ਖੇਤਰ 'ਚ ਵਧੀਆ, ਯਾਨੀ ਕਿ 855। ਊਂ ਤਾਂ ਬਈ 36 ਦੀ ਆ ਵੀ ਚੜ੍ਹਾਈ ਆ ਜਿਵੇਂ ਕਹਿੰਦੀ ਵੀ ਬੜਾ ਤੇਜ਼ ਆ, ਵੀ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਵੱਧ? ਜਿਹੜਾ 36 ਹੈਗਾ ਉਹ ਹੈਗਾ 3 ਸਪੀਡ ਦੇ ਵਿੱਚ, 3 ਸਪੀਡ ਦੇ ਕਰਕੇ ਉਹ ਜਿਵੇਂ ਸੁਪਰ ਸੀਡਰ ਆ ਗਿਆ, ਰੋਟਾਵੇਟਰ ਆ ਗਿਆ, ਇਹੋ ਜਿਹੇ ਕੰਮਾਂ 'ਤੇ ਕਾਮਯਾਬ ਆ, ਅਤੇ ਯਾਨੀ ਕਿ ਥੋੜ੍ਹਾ ਜਿਹਾ ਉਹਦਾ ਖਰਚਾ ਜ਼ਿਆਦਾ ਆ, ਜਿਵੇਂ ਹੁਣ ਸਪੈਸ਼ਲ ਐਡੀਸ਼ਨ ਆਇਆ ਉਹਦਾ ਖਰਚਾ ਤੇਲ ਦਾ ਜ਼ਿਆਦਾ ਆ, ਤਾਂ ਕਰਕੇ ਉਹਨੂੰ ਹਰੇਕ ਬੰਦਾ ਯਾਨੀ ਕਿ ਹੱਥ ਨਹੀਂ ਪਾਉਂਦਾ, ਤਾਂ ਕਰਕੇ ਆਪਾਂ ਤਾਂ 855 ਲਿਆ ਬਾਹੀ ਦੀ ਖਾਤਰ, ਵੀ ਟਰੈਕਟਰ ਵਧੀਆ ਸਾਨੂੰ ਲੱਗਿਆ ਟਰੈਕਟਰ ਤਾਂ ਕਰਕੇ ਲਿਆ। ਠੀਕ ਹੈ ਜੀ। ਅਤੇ ਇਹ ਟਰੈਕਟਰ ਦੇ ਨਾਲ ਬਾਈ ਮੰਨ ਲਾ ਵੀ ਦੂਜੇ ਟਰੈਕਟਰ ਨਾਲੋਂ ਵੀ ਸਸਤਾ ਮਿਲਦਾ ਕਿ ਮਹਿੰਗਾ ਉਹਦੇ ਨਾਲੋਂ? ਟਰੈਕਟਰ ਦਾ ਰੇਟ ਦੇ ਵਿੱਚ ਤਾਂ ਸੇਮ ਹੀ ਆ, ਕੋਈ ਬਾਹਲਾ ਫਰਕ ਨਹੀਂ ਗਾ, ਅਤੇ ਵੀ ਮੇਨ ਤਾਂ ਇਹਦਾ ਕਾਰਨ ਇਹ ਵੀ ਰਿਪੇਅਰ ਹੈ ਨਹੀਂ, ਸਿੰਪਲ ਹੈ, ਯਾਨੀ ਕਿ ਪੰਜਾਬ ਦੇ ਵਿੱਚ ਹੀ ਮੰਨ ਕਰਕੇ ਵੀ ਥੋੜ੍ਹਾ ਜਿਹਾ ਇਹਦਾ ਕਰੇਜ਼ ਵੀ ਜ਼ਿਆਦਾ ਆ। 855 ਜਿਹੜੀ ਮਾਰਕੀਟ ਹੈ ਉਹ ਅੱਜ ਹਰੇਕ ਖੇਤਰ ਦੇ ਵਿੱਚ ਵੀ ਵਧੀਆ ਮਾਰਕੀਟ ਆ। ਅੱਛਾ ਜੀ। ਤੇ ਅਗਲਾ ਸਵਾਲ ਬਈ ਮੰਨ ਕੇ ਚੱਲੋ ਵੀ ਜਿਹੜੀ ਜਿਵੇਂ ਕੰਪਨੀ ਦੀ ਆਪਣੀ ਸਰਵਿਸ ਹੁੰਦੀ ਆ, ਆਪਾਂ ਗੱਡੀ ਲੈਣੇ ਆ, ਵੀ ਕੰਪਨੀ ਦੀ ਸਪੋਰਟ ਸਵਰਾਜ ਦੀ ਕਿਵੇਂ ਆ? ਉਸ ਤੋਂ ਬਾਅਦ ਆ ਕੰਪਨੀ ਦੀ ਮੰਨ ਕੇ ਜਿੰਨੀਆਂ ਦੀਆਂ ਸਰਵਿਸਾਂ ਹੋਈਆਂ ਵੀ ਆ ਸਾਰੀਆਂ ਕੰਪਨੀ 'ਚ ਹੋਈਆਂ, ਔਨ ਰਿਕਾਰਡ ਹੀ ਹੈ, ਕੋਈ ਆਪਾਂ ਬਾਹਰੋਂ ਸਰਵਿਸ ਨਹੀਂ ਕਰਾਈ ਇਹਦੀ, ਹੁਣ ਵੀ ਇਹਦੀਆਂ ਜਿੰਨੀਆਂ ਸਰਵਿਸਾਂ ਔਨ ਰਿਕਾਰਡ ਹੀ ਆ। ਅੱਛਾ। ਹਾਂ ਵਧੀਆ, ਜੇ ਕੋਈ ਵੀ ਦਿੱਕਤ ਆਉਂਦੀ ਆ ਯਾਨੀ ਕਿ ਖੇਤ ਆ ਕੇ ਸ਼ਵਾ ਕਰਕੇ ਜਾਂਦੇ ਆ, ਇਹੋ ਜਿਹੀ ਕੋਈ ਗੱਲ ਨਹੀਂ, ਬਹੁਤ ਵਧੀਆ ਕੰਪਨੀ ਦਾ ਰੁਝਾਨ ਆ। ਠੀਕ ਹੈ। ਅਤੇ ਮੈਂਟੇਨੈਂਸ ਦੀ ਜੇ ਬਈ ਗੱਲ ਕਰੀਏ, ਜੋ ਪਹਿਲਾਂ ਦੱਸ ਦਿੱਤਾ ਵੀ ਘੱਟ ਆ, ਵੀ ਦੂਜੇ ਟਰੈਕਟਰ ਨਾਲੋਂ ਮੰਨ ਕੇ ਚੱਲੋ ਵੀ ਜਿਵੇਂ ਕਹਿੰਦੀ ਆਪਣਾ ਸਵਿਫਟ ਦਾ ਸਰਵਿਸ ਹੋ ਗਈ ਹੈ ਨਾ, ਦੂਜੇ ਪਾਸੇ ਕਿਸੇ ਵਰਨਾ ਦੀ ਹੋ ਗਈ, ਵੀ ਇੰਨਾ ਫਰਕ ਇਹਨਾਂ ਦਾ? ਹਾਂ ਬਹੁਤ ਵੱਡਾ, ਜਿਵੇਂ ਹੁਣ 36-30 ਹਾਲੈਂਡ ਟਰੈਕਟਰ ਆ ਗਿਆ, ਉਹਦੀ ਸਟਾਰਟਿੰਗ ਹੈ ਉਹ ਵੀ ਯਾਨੀ ਕਿ ਇੱਦਾਂ ਦੀ ਆ, ਉਹਦੀ ਬੰਦ ਜਦੋਂ ਆਪਾਂ ਟਰੈਕਟਰ ਬੰਦ ਕਰਦੇ ਉਹ ਵੀ ਚਾਬੀ 'ਤੇ ਹੁੰਦਾ, ਹੁਣ ਆ ਪਿੱਛੇ ਜੇ ਕਈ ਵੀਡੀਓ ਆਈਆਂ ਉਹਨਾਂ ਦੀਆਂ, ਯਾਨੀ ਕਿ ਉਹ ਟਰੈਕਟਰ ਸਟਾਰਟ ਹੀ ਨਹੀਂ ਹੋ ਰਿਹਾ, ਕੋ ਏਜੰਸੀ ਵਾਲੇ ਆਉਂਦੇ ਆ ਸਟਾਰਟ ਕਰ ਜਾਂਦੇ ਆ, ਵੀ ਉਹਦੀਆਂ ਕੰਪਲੇਨ ਆ ਰਹੀ ਹੈ, ਯਾਨੀ ਕਿ ਇਹਦੀ ਇਹੋ ਜਿਹੀ ਕੋਈ ਦਿੱਕਤ ਨਹੀਂ, ਉਹ 'ਚ ਯਾਨੀ ਕਿ ਥੋੜ੍ਹਾ ਜਿਹਾ ਗੱਡੀਆਂ ਵਾਲਾ ਸਿਸਟਮ ਆ ਗਿਆ ਉਹਦੇ 'ਚ, ਅਤੇ ਇਹ ਯਾਨੀ ਕਿ ਸੈਂਪਲ ਆ, ਇਹ 'ਚ ਕੋਈ ਇੱਦਾਂ ਜਿਵੇਂ ਕਹਿ ਦਈਏ ਵੀ CRD ਟਾਈਪ? ਹਾਂ, ਇਹ ਦੇਸੀ ਆ, ਇਹ ਦੇਸੀ ਮੰਨ ਲਓ ਵੀ ਇਹ 'ਚ ਕੋਈ ਦਿੱਕਤ ਨਹੀਂ, ਆਮ ਆਪਣੇ ਪਿੰਡਾਂ ਵਾਲਾ ਮਿਸਤਰੀ ਵੀ ਇਹਨੂੰ ਵੀ ਜੇ ਕੋਈ ਦਿੱਕਤ ਆਉਂਦੀ ਆ, ਪਹਿਲੀ ਗੱਲ ਤਾਂ 'ਚ ਕੋਈ ਪ੍ਰੋਬਲਮ ਆਉਂਦੀ ਨਹੀਂ, ਜੇ ਕੋਈ ਆਉਂਦੀ ਵੀ ਆ ਤਾਂ ਪਿੰਡਾਂ ਵਾਲਾ ਮਿਸਤਰੀ ਵੀ ਠੀਕ ਕਰਨ ਵਾਲਾ ਹੀ ਚੱਕਰ ਆ, ਐਂ ਨਹੀਂ ਵੀ ਆਪਾਂ ਨੂੰ ਕੋਈ ਵੀ ਉਹਨਾਂ ਨੂੰ ਬੁਲਾਉਣਾ ਪਊਗਾ, ਤਾਂ ਕਰਕੇ ਸਭ। ਅਤੇ ਅਗਲਾ ਸਵਾਲ ਬਈ ਮੰਨ ਕੇ ਚੱਲੋ ਚਲਾਏ ਦਾ ਕਿਵੇਂ ਇਹ ਚਲਾਵੇ ਦਾ? ਚਲਾਈ 'ਚ ਤਾਂ ਜਿਹੜੇ ਬੰਦੇ ਨੇ 855 ਚਲਾ ਲਿਆ ਉਹਦੇ ਦੂਜਾ ਟਰੈਕਟਰ ਛੇਤੀ ਫਿੱਟ ਨਹੀਂ ਆਉਂਦਾ, ਇਹ ਤਾਂ ਸਾਡਾ ਦੇਖਿਆ ਵਾ। ਇਹ ਬਈ ਇਹੋ ਜਿਹੀ ਕੀ ਖਾਸ ਗੱਲ ਹੈ ਜੀ? ਇਹ ਬਸ ਇਹਦੀ ਫੁਰਤੀ ਆ, ਤੇਜ਼ੀ ਇਹਦੀ, ਵੀ ਜਿਹਨੇ 855 ਵਾਹ ਲਿਆ ਉਹ ਤੋਂ ਸਾਡੇ ਕੋਲ ਟਰੈਕਟਰ ਇੱਕ ਸੋਨਾ ਲੀਕਾ ਵੀ ਆ। ਅੱਛਾ ਜੀ। ਅਤੇ ਪਰ ਉਹ ਸਵਾਦ ਵਾਲੀ ਗੱਲ ਨਹੀਂ। ਅੱਛਾ। ਜਿਹੜਾ ਇਹ 'ਤੇ ਬਹਿ ਗਿਆ ਉਹ ਇਸ 'ਤੇ ਬੈਠੂ, ਨਾ ਤਾਂ ਬੰਦਾ ਥੱਕੇ ਨਾ ਹੰਬੇ। ਇੱਕ ਪਹਿਲਾਂ ਇਹ 'ਚ ਦਿੱਕਤ ਹੁੰਦੀ ਸੀਗੀ, ਪਹਿਲਾਂ ਇਹਦਾ ਹਿੱਸਾ ਸੀਗਾ ਜਿਹੜੇ ਪਹਿਲਾਂ ਪੁਰਾਣੇ ਮਾਡਲ ਆ ਉਹ ਇੱਦਾਂ ਪਿੱਛੇ ਨੂੰ ਸੀਗਾ ਤਿਰਸਮਾ, ਹੁਣ ਇਹਨਾਂ ਨੇ ਯਾਨੀ ਕਿ ਜਿਉਂ ਇਹ ਮਹਿੰਦਰਾ ਨੇ ਲੈ ਲਈ ਸੀ ਏਜੰਸੀ, ਉਹਨਾਂ ਨੇ ਯਾਨੀ ਕਿ ਇਹਦੇ ਵਿੱਚ ਕਈ ਸੋਧਾਂ ਕਰਤੀਆਂ, ਇੱਕ ਤਾਂ ਹਿੱਸਾ ਸਿੱਧਾ ਕਰਤਾ, ਮੂਹਰਲੇ ਟਾਇਰ ਵੱਡੇ ਕਰਤੇ, ਅਤੇ ਰਿਵਰਸ ਸਪੀਡ ਕੋ ਕਰਤੀ, ਯਾਨੀ ਕਿ ਕਈ ਕਈ ਸੋਧਾਂ ਕਰਤੀਆਂ, ਉਦੋਂ ਬਾਅਦ 'ਚ ਹੁਣ ਯਾਨੀ ਕਿ ਟਰੈਕਟਰ ਪੂਰਾ ਫੁੱਲ ਓਕੇ ਆ ਕਾਮਯਾਬ। ਇੱਕ ਜਿਹੜੀ ਥੋੜ੍ਹੀ ਜਿਹੀ ਕਮੀ ਸੀਗੀ ਆਹ 3 ਸਪੀਡ ਵਾਲੀ, ਉਹ ਹੁਣ ਨਵੇਂ ਮਾਡਲ 3 ਸਪੀਡ ਵੀ ਆਉਣ ਲੱਗ ਗਿਆ, ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ, ਵੀ ਸੁਪਰ ਸੀਡਰ 'ਤੇ ਵੀ ਕਾਮਯਾਬ। ਪਹਿਲਾਂ ਜਿਹੜਾ ਸੀ ਇਹਦਾ ਥੋੜ੍ਹਾ ਤੋਰਾ ਜ਼ਿਆਦਾ ਆ, ਵੀ ਆਮ ਜਿਵੇਂ ਸੁਪਰ ਸੀਡਰ 'ਤੇ ਉਹ ਤਾਂ ਸਹੀ ਨਹੀਂ ਚੱਲਦਾ ਸੀ, ਇਹ ਚੱਲਦਾ ਤਾਂ ਸਹੀ ਆ ਅਤੇ ਪਰ ਉਹ ਖੁਸ਼ ਹੋ ਕੇ ਨਹੀਂ ਖੇਡਦਾ, ਹੁਣ
ਹੁਣ ਉਹ ਵੀ ਸੈੱਟ ਆ ਰੇਟ ਤੇ ਇੱਕ ਬਈ ਜਿਵੇਂ ਪਹਿਲਾਂ ਨਹੀਂ ਇਹਦਾ ਕਰਲੋਸਕਰ ਦਾ ਇੰਜਨ ਆਉਂਦਾ ਹੁੰਦਾ ਸੀਗਾ ਵੀ ਹੁਣ ਮਹਿੰਦਰਾ ਨੇ ਖਰੀਦ ਲਿਆ ਵੀ ਉਹਦਾ ਵੀ ਇਹਦੇ ਕਿਹੜਾ ਇੰਜਨ ਹੈ ਕਰਲੋਸਕਰ ਵਾਲਾ ਨਹੀਂ ਉਹ ਪਹਿਲਾਂ ਆਉਂਦਾ ਹੁੰਦਾ ਸੀ ਪਹਿਲਾਂ ਦੇ ਉਹਦੇ ਮਾਰਕਾ ਹੁੰਦਾ ਸੀ ਇੰਜਨ ਦੇ ਉੱਤੇ ਅੱਛਾ ਜੀ ਸਪੈਸ਼ਲ ਕਲਾਸਕਰ ਦੀ ਮੋਹਰ ਹੁੰਦੀ ਸੀਗੀ ਤੇ ਹੁਣ ਤਾਂ ਜੋ ਮਹਿੰਦਰਾ ਨੇ ਖਰੀਦ ਲਿਆ ਹੁਣ ਉਹ ਮੋਹਰ ਬੰਦਾ ਹੁਣ ਤਾਂ ਇਹਨਾਂ ਕੀ ਸੈਂਪਲ ਹੀ ਆਉਂਦਾ ਉਦਾਂ ਹੀ ਕੋਈ ਉੱਤੇ ਮੋਹਰ ਨਹੀਂ ਆਉਂਦੀ ਤੇ ਇਹਦੀ ਬਈ ਕੋਈ ਬਹਾਈ ਦੇ ਵਿੱਚ ਮੰਨ ਕੇ ਚੱਲ ਜਿਹੜੇ ਦੂਜੇ ਇੰਜਨ ਆ ਉਹਦੇ ਨਾਲੋਂ ਇਹਦੀ ਕੋਈ ਬਹਾਈ ਦੇ ਵਿੱਚ ਆ ਜਿਹੜੇ ਹੁਣ ਮਹਿੰਦਰਾ ਨੇ ਇੰਜਨ ਨੂੰ ਯਾਨੀ ਕਿ ਮਾਰਕਾ ਹਟਾਇਆ ਵੀ ਜਿਵੇਂ ਕਈ ਲੋਕ ਵਹਿਮ ਕਰਦੇ ਆ ਵੀ ਉਹ ਚੀਜ਼ ਦਾ ਕੋ ਹੈਗਾ ਕਿ ਨਹੀਂ ਵੈਸੀ ਵਹਿਮ ਆ ਲੋਕਾਂ ਦੇ ਵਿੱਚ ਨਹੀਂ ਉਹ ਪਏ ਸੀ ਨਾ ਪਹਿਲਾਂ ਦੇ ਲੋਕਾਂ ਦੇ ਮਨਾਂ 'ਚ ਬਣੀ ਵੀ ਇਹ ਗੱਲ ਵੀ ਕਲਾਸ ਕਰਦਾ ਇੰਜਨ ਵਧੀਆ ਜਾਂ ਇਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਦਾਂ ਹੀ ਇੰਜਨ ਆ ਖਿਚਾਈ ਫੁੱਲ ਕਰਦਾ ਤੇਲ ਦਾ ਖਰਚਾ ਵੀ ਘੱਟ ਆ ਇਹੋ ਜਿਹੀ ਗੱਲ ਨਹੀਂ ਕਿ ਵੀ ਸੈੱਟ ਆ ਆਪਾਂ ਆਖੀ ਵੀ ਉਹਦੇ ਵਿੱਚ ਕਲਾਸ ਕਰਦੇ ਵੀ ਇੰਜਨ ਉਹ ਪਹਿਲਾਂ ਮੋਹਰ ਆਉਂਦੀ ਸੀ ਹੁਣ ਉਹਨੂੰ ਬੰਦ ਹੋਈ ਵੀ ਆ ਪਹਿਲਾਂ ਆਉਂਦੀ ਸੀ ਹੁਣ ਨਹੀਂ ਆਉਂਦੀ ਤੇ ਕਿੰਨੇ ਹਾਲ ਆ ਬਈ ਵੀ ਵਧੀਆ ਹੱਸ ਕੇ ਖਿੱਚਦਾ ਇਹ 11 ਹਾਲ 11 ਹਾਲ ਹੱਸ ਕੇ ਖਿੱਚਦਾ ਜਿੰਨੇ ਮਰਜ਼ੀ ਡੂੰਘੇ ਲਓ ਆਪਣੇ ਕੋਲ ਸੰਗਰੀ ਵਾਲੀ ਸਪੈਸ਼ਲ ਹਾਲ ਹੈ ਕਿਤੇ ਆਪਾਂ ਬਾਹਰ ਨਹੀਂ ਬਾਹਿਆ ਮੰਨ ਲਾ ਰੌਣੀ ਕਰਕੇ ਕਣਕ ਤੋਂ ਬਾਅਦ ਸੁੱਕਾ ਹੀ ਪਾਉਣੇ ਆ ਜ਼ੋਰ ਜ਼ੋਰ ਬਹੁਤ ਮਾਰਦਾ ਜ਼ੋਰ ਜ਼ੋਰ ਦੇ ਇਹਦੀ ਕੋਈ ਕਮੀ ਨਹੀਂ ਜਿੱਥੇ ਮਰਜ਼ੀ ਅੜਾ ਦਿਓ ਐਂ ਨਹੀਂ ਵੀ ਕਿਤੇ ਹੱਥ ਖੜੇ ਕਰ ਜੂਗਾ ਤੇ ਕਿੰਨਾ ਕੁ ਬਈ ਬਾਹਣ ਤੁਸੀਂ ਤੁਹਾਡੇ ਕੋਲ ਯਾਨੀ ਕਿ ਜਿਹੜਾ ਇਹਦੇ ਨਾਲ ਤੁਸੀਂ ਕੱਢਦੇ ਆ ਆਪਾਂ ਇਹਨਾਂ 18 ਕਿੱਲੇ ਦੀ ਖੇਤੀ ਕਰਦੇ ਆ ਇੱਕ ਟਰੈਕਟਰ ਆਪਣੇ ਕੋਲ ਹੋਰ ਆ ਯਾਨੀ ਕਿ 18 ਕਿੱਲੇ ਦੀ ਖੇਤੀ ਕਰਦੇ ਆ ਸ਼ੌਂਕ ਨਹੀਂ ਰੱਖਿਆ ਵਾ ਆਪਣਾ ਵੀ ਬਾਹਣ ਸੁੱਕਾ ਸਾਕਾ ਇਹਦੇ ਨਾਲ ਹੀ ਵਾਹੁੰਦੇ ਆ ਸਾਰਾ ਜਿੰਨਾ ਜੋੜ ਦਾ ਕੰਮ ਇਹ ਤੋਂ ਹੀ ਲੈਂਦੇ ਆ ਅਤੇ ਬਸ ਸ਼ੌਂਕ ਨਹੀਂ ਰੱਖਿਆ ਵਾ ਆਪਣਾ ਅੱਛਾ ਜੀ ਅਤੇ ਇੱਕ ਬਈ ਮੰਨ ਕੇ ਚੱਲੋ ਵੀ ਕੋਈ ਜ਼ਿਮੀਦਾਰ ਹੈ ਹਨਾ ਕਿਸੇ ਕੋਲ 10 ਕਿੱਲੇ ਬਾਹਣ ਆ ਕਿਸੇ ਕੋਲ 20 ਕਿੱਲੇ ਆ ਕਿਸੇ ਕੋਲ ਕਿੰਨੇ ਆ ਵੀ ਕਿੰਨੇ ਕੁ ਕਿੱਲਿਆਂ ਵਾਲਾ ਬੰਦਾ ਵੀ ਇਹਦੇ ਨਾਲ ਮੰਨ ਲਓ ਵਧੀਆ ਖੇਤੀ ਕਰ ਸਕਦਾ ਵੀ ਕਿੰਨੇ ਕਿੱਲਿਆਂ ਤੱਕ ਦਾ ਜਿਵੇਂ ਕਹਿੰਦੇ ਲੋਡ ਲੈ ਸਕਦਾ ਕਹਿੰਦੇ 20-25 ਕਿੱਲੇ ਇਹਨੂੰ ਕੰਮ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਮਰਜ਼ੀ ਆਪਾਂ ਉਹ ਤਾਂ ਬੰਦੇ 'ਤੇ ਡਿਪੈਂਡ ਆ ਵੀ 30-40 ਕਿੱਲੇ 50 ਕਿੱਲੇ ਵੀ ਕਰ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਬੰਦੇ 'ਤੇ ਡਿਪੈਂਡ ਆ ਵੀ ਬੰਦਾ ਕਿੰਨੀ ਕੁ ਖੇਤੀ ਇਹਦੇ ਨਾਲ ਕਰ ਸਕਦਾ ਅੱਛਾ ਜੀ ਹਾਂ ਇੱਦਾਂ ਇਹਨੂੰ ਟਰੈਕਟਰ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਇਹ ਨਹੀਂ ਜਵਾਬ ਦਿੰਦਾ ਨਾ 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 ਠੀਕ ਹੈ ਜੀ ਤੇ ਕਿੰਨੇ ਫੁੱਟ ਦਾ ਵੀ ਰੋਟਾਵੇਟਰ ਵਧੀਆ ਖਿੱਚਦਾ ਇਹ 8 ਫੁੱਟ ਆ ਜੀ ਆਪਣੇ ਕੋਲ ਮਾਸ਼ੀਓ ਦਾ ਰੋਟਾਵੇਟਰ ਉਹ ਇਸੇ ਮਗਰ ਹੀ ਚਲਾਉਂਦੇ ਆ ਤੇ ਇੱਕ ਬਈ ਮੰਨ ਕੇ ਚੱਲੋ ਹੁਣ ਇਹਦੇ 14 ਦੇ ਟਾਇਰ ਆ ਹਨਾ ਜਿਵੇਂ ਕਈ ਬੰਦੇ ਆ ਵੀ ਉਹ ਟਾਇਰ ਆ 16 ਦੇ ਕਰਵਾ ਲੈਂਦੇ ਆ ਵੀ ਉਵੇਂ ਵੀ ਕਿੰਨਾ ਫਰਕ ਪੈਂਦਾ ਵੀ ਕਾਮਯਾਬੀ ਆ ਕਿ ਨਹੀਂ ਆਏ ਲੋਕ ਜਿਹੜਾ ਕੰਪਨੀ ਨੇ ਦਿੱਤਾ ਉਹ ਤਾਂ 14 ਦਾ ਹੀ ਆ ਇਹ ਕਾਮਯਾਬ ਤਾਂ ਹੁਣ ਯਾਨੀ ਕਿ ਜਿਹੜਾ 16 ਦੇ ਟਾਇਰਾਂ 'ਚ ਆਇਆ ਗਾ ਇਹ ਤੇ ਪਰ ਉਹਦੇ ਵਿੱਚ ਥੋੜ੍ਹੀ ਚੇਂਜ ਕਰਿਆ ਉਹਨਾਂ ਨੇ ਗੇਅਰਾਂ ਦੇ ਵਿੱਚ ਅਤੇ ਜਿਹੜਾ ਇਹ ਆ ਮੰਨ ਕੇ ਜਿਹਦੇ 16 ਦੇ ਟਾਇਰ ਪਾਉਣੇ ਆ ਤਾਂ ਇੰਜਨ ਥੋੜ੍ਹਾ ਜਿਹਾ ਯਾਨੀ ਕਿ ਦਾਬ 'ਚ ਰਹਿੰਦਾ ਗੇਅਰ ਮਾਰਨ ਦੀ ਸਮੱਸਿਆ ਆਉਂਦੀ ਹੈ ਅਤੇ ਇਹਨੂੰ ਤਾਂ 14 ਦੀ ਕਾਮਯਾਬ 14 ਦੇ ਵਿੱਚ ਇੰਜਨ ਦੇ ਇਹ ਉੱਤੋਂ ਦੀ ਰਹਿੰਦਾ ਯਾਨੀ ਕਿ ਇੰਜਨ ਹੈ ਨਾ ਇੰਜਨ ਇਹਦਾ ਉੱਤੋਂ ਦੀ ਰਹਿੰਦਾ ਜੇ 16 ਦੇ ਪਾਉਣੇ ਤਾਂ ਇੰਜਨ ਦਾਬ 'ਚ ਰਹਿੰਦਾ ਠੀਕ ਹੈ ਬਈ ਤੇ ਉਹ ਟਰਾਲੀ ਦੇ ਪੱਖ ਨੂੰ ਵੀ ਮਤਲਬ ਸਾਰਾ ਕੁਝ ਵੀ ਓਕੇ ਆ ਟਰਾਲੀ ਦੇ ਪੱਖ ਨੂੰ ਸਾਰੇ ਵਾਹ ਵਹਾਈ ਨੂੰ ਪੂਰਾ ਵਧੀਆ ਇੱਕ ਥੋੜ੍ਹਾ ਸੁਪਰ ਸੀਡਰ 'ਤੇ ਮਾਰ ਖਾਂਦਾ ਇਹ ਵੀ ਉਹ ਵੀ ਉਹਦਾ ਤੋਰਾ ਵੱਧ ਹੋਣ ਕਰਕੇ ਉਹ ਵੀ ਹੁਣ ਨਵੇਂ ਮਾਡਲ ਦੇ ਵਿੱਚ ਇਹਨਾਂ ਨੇ ਯਾਨੀ ਕਿ 3 ਸਪੀਡ ਕਰਤਾ ਅਤੇ ਹੁਣ ਉਹ ਵੀ ਕੋਈ ਦਿੱਕਤ ਨਹੀਂ ਆ ਰਹੀ ਹੁਣ ਠੀਕ ਹੈ ਤੇ ਉਹ ਬਈ ਕਿੱਲੇ ਦਾ ਕਿੰਨਾ ਖਾ ਜਾਂਦਾ ਫਿਰ ਤੇਲ ਇਹ ਮੰਨ ਕੇ ਚਲੋ ਵੀ 11 ਹਾਲਾਂ ਦੇ ਉੱਤੇ ਪੂਰਾ ਮੰਜੀ ਥੱਲੇ ਲਾ ਕੇ ਵਾਹੁਣਾ ਜੀ 3-3.5 ਲੀਟਰ ਖਰਚਾ ਪਾਉਂਦਾ ਜੇ ਪੂਰਾ ਟਕਾ ਕੇ ਵਾਹੀਏ ਪੂਰਾ ਥੱਲੇ ਹਲ ਛੱਡ ਕੇ ਦੋਨੇ 3-3.5 ਲੀਟਰ ਦਾ ਖਰਚਾ ਪਾਉਂਦਾ 3-3.5 ਹਾਂ ਲੀਟਰ ਖਰਚਾ ਪਾਉਂਦਾ ਪੂਰਾ ਫੁੱਲ ਖੁੱਗ ਕੇ ਵਾਹਣ ਵਾਹੁਣਾ ਹੋਵੇ ਠੀਕ ਹੈ ਹਾਂ ਬਾਕੀ ਆਪਦੇ 'ਤੇ ਡਿਪੈਂਡ ਆ ਵੀ ਜਿੰਨਾ ਕੁ ਅਗਲਾ ਵਾਹੂਗਾ ਠੀਕ ਹੈ ਤੇ ਇਹਦਾ ਚੱਲ ਬਈ ਹੁਣ ਜਿਵੇਂ ਕਿ 13 ਸਾਲ ਦਾ ਇਹਦੀਆਂ ਖੂਬੀਆਂ ਗਿਣਾਤੀਆਂ ਹੁਣ ਐਂ ਵੀ ਦੱਸ ਦੇ ਇਹਦੇ ਵਿੱਚ ਵੀ ਕਿਹੜੀਆਂ ਕਮੀਆਂ ਲੱਗਦੀਆਂ ਵੀ ਜੇ ਆਹ ਹੁੰਦਾ ਤਾਂ ਸੋਨੇ ਤੇ ਸੁਹਾਗਾ ਸੀ ਵੀ ਟਰੈਟ ਵਧੀਆ ਇਹ 'ਚ ਕੋਈ ਸ਼ੱਕ ਨਹੀਂ ਵੀ 855 ਸਾਰਾ ਓਕੇ ਆ ਇਹਦੇ ਵਿੱਚ ਇੱਕ ਦੋ ਮੰਨ ਕੇ ਚੱਲ ਜੇ ਕੰਪਨੀ ਸੁਧਾਰ ਕਰਦੀ ਇੱਕ ਤਾਂ ਜਿਹੜਾ ਇਹਦਾ ਪਲੇਟਫਾਰਮ ਆ ਉਹ ਥੋੜ੍ਹਾ ਜਿਹਾ ਉੱਪਰ ਹੋ ਜੇ ਬਰਾਬਰ ਯਾਨੀ ਕਿ ਉਹ ਜਗ੍ਹਾ ਖੁੱਲ੍ਹ ਜੇ ਬੈਠਣ ਬੁੱਠਣ ਵਾਲੀ ਉਹ ਜਗ੍ਹਾ ਖੁੱਲ੍ਹ ਜੇ ਅਤੇ ਬਾਕੀ ਆ 3 ਸਪੀਡ ਵਾਲਾ ਚੱਕਰ ਸੀ ਉਹ ਤਾਂ ਇਹਨਾਂ ਨੇ ਕਰ ਹੀ ਦਿੱਤਾ ਅਤੇ ਊਂ ਇਹਦੇ 'ਚ ਕੋਈ ਕਮੀ ਵਾਲੀ ਗੱਲ ਨਹੀਂ ਠੀਕ ਹੈ ਕਪੈਨ ਦੇ ਉੱਤੇ ਬਈ ਜਿਵੇਂ 3 ਸਪੀਡ ਨਾ ਹੋਣ ਦੇ ਕਰਕੇ ਵੀ ਹਾਂ ਥੋੜ੍ਹਾ ਹੈ ਨਾ ਊਂ ਯਾਨੀ ਕਿ ਸਾਡੇ ਤੂੜੀ ਵਾਲੇ ਜਿੰਨੇ ਰੀਪਰ ਆ ਮਸ਼ੀਨ ਤੂੜੀ ਵਾਲੀ ਮਸ਼ੀਨ 'ਤੇ ਸਾਰਿਆਂ ਨਾਲੋਂ ਵੱਧ 855 ਜ਼ਿਆਦਾ ਚੱਲਦਾ ਕਿਉਂ ਖੁਸ਼ ਹੋ ਕੇ ਵਧੀਆ ਖਿੱਚਦਾ ਦੂਜੇ ਟਰੈਕਟਰਾਂ ਨੂੰ ਟਰਾਲੀਆਂ ਵੀ ਵੱਧ ਬਣਾਉਂਦਾ ਅਤੇ ਯਾਨੀ ਕਿ ਸਾਡੇ ਮੰਗ ਹੈ 855 ਦੀ ਤੂੜੀ ਵਾਲੀ ਮਸ਼ੀਨ 'ਤੇ ਵਾਹ ਵਹਾਈ ਨੂੰ ਹੋਰ ਯਾਨੀ ਕਿ ਸਾਡੇ ਖੁਸ਼ ਹੋ ਕੇ ਯਾਨੀ ਕਿ ਲਾਉਂਦੇ ਨੇ ਤੂੜੀ ਵਾਲੀ ਮਸ਼ੀਨ 'ਤੇ ਖਾਸ ਕਰਕੇ ਠੀਕ ਹੈ ਹਾਂ ਅਤੇ ਇੱਕ ਬਈ ਮੰਨ ਕੇ ਚੱਲੋ ਵੀ ਜਦੋਂ ਤੁਸੀਂ ਇਹ ਟਰੈਕਟ ਨਵਾਂ ਲਿਆ ਸੀ ਉਦੋਂ ਮੰਨ ਲਾ ਹੁਣ ਉਦੋਂ ਬਾਅਦ ਬਹੁਤ ਹੁਣ ਟਰੈਕਟ ਨਵੇਂ ਆ ਗਏ ਅਤੇ ਜੇ ਕਿਤੇ ਇੰਨੇ ਪੈਸਿਆਂ ਦੇ ਵਿੱਚ ਹੁਣ ਤੁਹਾਨੂੰ ਹੋਰ ਕੋਈ ਨਵਾਂ ਟਰੈਕਟ ਲੈਣਾ ਹੋਵੇ ਵੀ ਹੁਣ 855 ਚੁਣੋਗੇ ਕਿ ਹੋਰ ਕਿਸੇ ਪਾਸੇ ਜਾਓਗੇ 855 ਜੀ 855 ਦੀ ਮਾਨ ਹੈ ਯਾਨੀ ਕਿ ਇਹੀ ਵਾਹ ਹੈ ਵੀ ਦੂਜੇ ਟਰੈਕਟਰ ਥੋੜ੍ਹੇ ਮੱਠੇ ਜਿਹੇ ਵਾਹ ਲੱਗਦੇ ਵੀ ਇਹ ਚਲਾ ਕੇ ਐਂ ਲੱਗਦਾ ਵੀ ਉਹਦਾ ਤੁਰਦਾ ਹੀ ਨਹੀਂ ਵੀ ਤਾਂ ਕਰਕੇ 855 ਦਾ ਮਾਨ ਹੀ ਆ ਹੁਣ ਵੀ ਜੇ ਇਰਾਦਾ ਬਣਿਆ ਇਹ ਦੇ ਕੇ ਵਿੱਚ ਤੇ 855 ਨਵਾਂ ਫੇਰ ਲਿਆਵਾਂਗੇ ਹਾਂ ਤੇ ਇੱਕ ਵੀਰੇ ਜਿਵੇਂ ਬਈ ਐਂ ਹੁੰਦਾ ਹੈਗਾ ਬੰਦਾ ਟਰੈਕ ਕਢਵਾ ਲੈਂਦਾ ਹਨਾ ਏਜੰਸੀ ਦੇ ਵਿੱਚੋਂ ਉਦੋਂ ਬਾਅਦ ਪੰਪ ਦੇ ਨਾਲ ਕੋਈ ਸੈਟਿੰਗ ਕਰਵਾ ਲੈਂਦੇ ਆਪਦੇ ਹਿਸਾਬ ਨਾਲ ਹਨਾ ਕਈ
ਉਦੋਂ ਕਰਵਾਈ ਆ, ਪੰਪ ਦੀ ਸੈਟਿੰਗ ਕਰਵਾਈ ਆ। ਅਤੇ ਜਾਣੀ ਕਿ ਉਦੋਂ ਪਹਿਲਾਂ ਨਾ ਜਾਣੀ ਕਿ ਦਬਦਾ ਹੁੰਦਾ ਸੀ ਟਰੈਕਟਰ, ਜਦੋਂ ਬੈਕ ਝੋਨੇ ਦੀ ਭਰੀ ਟਰਾਲੀ ਜਾਂ ਕਣਕ ਦੀ ਟਰਾਲੀ ਭਰੀ ਬੈਕ ਕਰਦੇ, ਜਾਣੀ ਕਿ ਆਪਾਂ ਨੂੰ ਲੋ ਗੇਅਰ ਲਾਉਣਾ ਪੈਂਦਾ ਸੀਗਾ। ਅਤੇ ਜਦੋਂ ਉਦੋਂ ਬਾਅਦ ਅਸੀਂ ਉਹ ਤੋਂ ਸੈੱਟ ਕਰਵਾਇਆ, ਨਾਲ ਤਾਂ ਤੇਲ ਦਾ ਉਹਦੇ ਨਾਲ ਖਰਚਾ ਘੱਟ ਗਿਆ, ਅਤੇ ਨਾਲੇ ਉਦੋਂ ਬਾਅਦ ਜਾਣੀ ਕਿ ਹੁਣ ਲੋ ਗੇਅਰ ਲਾਉਣ ਦੀ ਲੋੜ ਨਹੀਂ, ਅਤੇ ਹੁਣ ਤਾਂ ਹਾਈ ਚੀਜ਼ ਧੱਕੇ ਮਾਰ ਦੇਣਗੇ। ਤੇ ਮੰਨ ਕੇ ਚੱਲੋ ਵੀ ਜਿਹੜੀ ਬਹੁਤ ਵੱਧ ਗਈ ਜਿਹੜੀ ਆਹ ਚੀਜ਼ ਆ ਵੀ ਇਹ ਵੀ ਜਿਹਨਾਂ ਕੋਲ 855 ਟਰੈਕਟਰ ਹੈਗੇ ਆ ਵੀ ਉਹਨਾਂ ਦੀ ਮਦਦ ਹੋ ਸਕਦੀ। ਹਾਂ, ਜਿਹੜੇ ਜਾਣੀ ਕਿ ਉੱਚੇ ਮਾਡਲ ਆ, ਜਿਵੇਂ ਮੰਨ ਕੇ ਚੱਲੋ 15 ਤੋਂ ਪਲੱਸ ਆ, ਜੇ ਕਈ ਵਾਰ ਕਿਸੇ ਦਾ ਟਰੈਕਟਰ ਕੋਈ ਦਬਦਾ ਤਾਂ ਜਾਣੀ ਕਿ ਆਪਾਂ ਉਹਦਾ ਨੰਬਰ ਵੀ ਦੇ ਦਿਆਂਗੇ, ਅਤੇ ਉਹ ਜਾਣੀ ਕਿ ਪੰਪ ਦੀ ਸੈਟਿੰਗ ਕਰਵਾਉਣੀ ਚਾਹੁਣ ਤਾਂ ਕਰਵਾ ਸਕਦੇ ਆ। ਉਹ ਜਾਣੀ ਕਿ ਉਹਦੇ ਵਿੱਚ ਵੀ ਕੋਈ ਬਾਹਲਾ ਸਿਸਟਮ ਨਹੀਂ ਗਾ ਵੀ ਕੋਈ ਪੰਪ ਨਾਲ ਬਾਹਲਾ ਛੇੜਛਾੜ ਨਹੀਂ, ਜਾਣੀ ਕਿ ਕੋਈ ਖੋਲ ਖਲਾਈ ਜ਼ਿਆਦਾ ਨਹੀਂ, ਬਸ ਮਿੰਟ 5 ਕੁ ਦਾ ਕੰਮ ਹੀ ਆ। ਉਹ ਜਾਣੀ ਕਿ ਐਲ ਕੀ ਦੇ ਨਾਲ ਹੀ, ਐਲ ਕੀ ਮਾਸਟਰ ਵੱਜਦਾ ਉਹ, ਅਤੇ ਐਲ ਕੀ ਦੇ ਨਾਲ ਹੀ ਸੈਟਿੰਗ ਕਰਦਾ। ਅੱਛਾ, ਹਾਂ, ਅਤੇ ਉਹਦਾ ਨੰਬਰ ਬਾਈ ਹੈਗਾ ਤਾਂ ਬੋਲ ਹੀ ਦਿਓ ਕਈ ਵਾਰ। ਹਾਂ, ਨੰਬਰ ਉਹਦਾ ਹੈਗਾ, ਮੋਬਾਈਲ 'ਚ ਆਪਾਂ ਦੇ ਦਿਆਂਗੇ। ਚਲੋ ਬਾਅਦ 'ਚ ਆਪਾਂ, ਹਾਂ, ਬਾਅਦ ਦੇ ਵਿੱਚ ਕਮੈਂਟਾਂ 'ਚ ਦੇ ਦਿਓ। ਹਾਂਜੀ, ਹਾਂ। ਅਤੇ ਇੱਕ ਵਾਰੀ ਤੁਸੀਂ ਐਂ ਗੱਲ ਕਰੀ ਜਾਂਦੇ ਸੀ ਵੀ ਬਾਈ ਵਰਗੇ ਨਾ ਕਿਤੇ ਆਹ ਮਿੱਟੀ ਪਾਉਂਦੇ ਸੀ ਹੈ ਨਾ। ਹਾਂ, ਅਤੇ ਉੱਥੇ ਬਾਈ ਕਹਿੰਦਾ ਵੀ ਸਾਰੇ ਟਰੈਕਟ ਆ ਜਿਹੜੇ ਉਹ ਫਸ ਗਏ ਸੀਗੇ, ਅਰਜਨ ਵੀ ਸੀ, ਹੋਰ ਵੀ ਕਈ ਟਰੈਕਟ ਸੀਗੇ, ਅਤੇ ਇਹ ਟਰੈਕਟ ਬਾਈ ਕਹਿੰਦਾ ਵੀ 3 ਦਿਨ ਚੱਲਿਆ, ਉਹ ਸਾਰੀ ਗੱਲ ਦੱਸੋ ਬਾਈ ਕਿਵੇਂ ਸੀ। ਹਾਂ, ਉਹ ਆਪਣੇ ਨਾ ਅਸੀਂ ਪਿੰਡ ਸਾਡੇ ਛੱਪੜ ਪੱਟਿਆ ਸੀ, ਛੱਪੜ ਦੇ ਵਿੱਚੋਂ ਮਿੱਟੀ ਪਾਉਂਦੇ ਹੁੰਦੇ ਸੀ ਖੇਤ, ਅਤੇ ਜਾਣੀ ਕਿ ਸਾਡੇ ਕੋਲ ਅਰਜਨ ਵੀ ਚੱਲਦੇ, ਉਦੋਂ ਸੋਨਾ ਲੀਕਾ ਵੀ ਚੱਲਦੇ ਸੀਗੇ, ਸਾਰਿਆਂ ਮਗਰ ਇੱਕੋ ਜਿਹੇ ਟਰਾਲੇ ਸੀਗੇ, ਅਤੇ ਉਹ 3 ਦਿਨ ਚੱਲਿਆ ਸੀ, ਜਾਣੀ ਕਿ ਸਾਡੇ ਸਾਰੇ ਟਰੈਕਟਰ ਉੱਥੇ ਫਸ ਗਏ, ਕਿਉਂ ਲੀ ਛੱਪੜ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਖਰਾਬ ਹੀ ਹੁੰਦਾ ਸਿਸਟਮ ਜੋ ਚੱਲਦਾ ਚੱਲਦਾ ਕੰਮ। ਅਤੇ ਜਾਣੀ ਕਿ ਇਹ 3 ਦਿਨ ਅਸੀਂ ਟਰੈਕਟਰ ਉੱਥੇ ਚਲਾਇਆ, ਅਤੇ ਇਹਨੂੰ ਅਸੀਂ ਟੋਚਣ ਨਹੀਂ ਪਾਇਆ। ਉੱਥੇ ਨਾ ਜਾਣੀ ਕਿ ਬਜ਼ੁਰਗ ਸ਼ਰਤਾਂ ਲਾਉਣ ਲੱਗਣ ਲੱਗ ਗਈਆਂ ਸੀ ਟਰੈਕਟਰ 'ਤੇ ਵੀ ਇਹ ਨਹੀਂ ਰੁਕਦਾ। ਅਸੀਂ ਜਿੱਦੇ 3ਜਾ ਦਿਨ ਲਾਸਟ ਹੋ ਗਿਆ, ਉਦੇ ਵਿੱਚ ਜਾਣੀ ਕਿ ਲੀਜ ਹੀ ਵਾਹਵਾ ਖਰਾਬ ਹੋ ਗਈ, ਅਤੇ ਅਸੀਂ ਉਦੋਂ ਮੈਂ ਇਹਦੀ ਮੂਹਰੋਂ ਨੰਬਰ ਪਲੇਟ ਖੋਲ੍ਹਤੀ ਵੀ, ਕਈ ਯਾਰ ਆਪਾਂ ਰੋਟੀ ਰਾਟੀ ਖਾਣ ਲੱਗ ਜਾਂਦੇ ਹਾਂ ਵੀ ਕੋਈ ਹੋਰ ਬੰਦਾ ਲੈ ਜਾਂਦਾ ਵੀ ਕਿਤੇ ਊ ਨਾ ਖੜ ਜੇ, ਅਤੇ ਜਦੋਂ ਟੋਚਨ ਪਾਊਗਾ ਤਾਂ ਅਗਲਾ ਭੰਨ ਦਊਗਾ। ਅਤੇ ਉਹ ਮੈਨੂੰ ਕਹਿੰਦੇ ਯਾਰ ਵੀ ਇਹਦੀ ਪਲੇਟ ਖੋਲ੍ਹਤੀ ਵੀ ਕੀ ਗੱਲ, ਡਰ ਗਏ? ਮੈਂ ਕਿਹਾ ਵੀ ਨਹੀਂ, ਡਰੇ ਤਾਂ ਹੈ ਨਹੀਂ ਗੇ। ਉਹ ਕਹਿੰਦੇ ਫਿਰ ਇਹਦੀ ਪਲੇਟ ਕਾ ਦੇ ਯਾਰ, ਵੀ ਇਹ ਅੱਗੇ ਨਹੀਂ ਟੋਚਨ ਪਿਆ, ਟੋਚਨ ਪੈਂਦਾ ਇਹਨੂੰ ਹੁਣ ਵੀ ਨਹੀਂ। ਅਤੇ ਉਹੀ ਗੱਲ ਅਸੀਂ 3 ਦਿਨ ਚਲਾਇਆ ਉੱਥੇ, ਅਤੇ ਮਜਾਲ ਕੀ 1 ਦਿਨ ਵੀ ਭੋਰਾ ਵੀ ਨਹੀਂ ਖੜਿਆ। ਇਹ ਚੀਜ਼ ਆ ਵੀ ਜਾਣੀ ਕਿ ਪੂਰਾ ਫਰਕ ਸੀ ਇਹ ਚੀਜ਼ ਦਾ, ਖਿਚਾਈ ਖਿਚੂਈ ਪੱਖੋਂ ਪੂਰਾ ਜਾਣੀ ਕਿ ਨੰਬਰ 1 ਹੀ ਰਿਹਾ ਉੱਥੇ, ਬਿੰਨਾ ਰਿਹਾ ਜਾਣੀ ਕਿ ਉਦੇ 3 ਦਿਨ ਸਾਡਾ ਚੱਲਿਆ ਉੱਥੇ। ਵੀ ਜਿਵੇਂ 855 ਦੀਆਂ ਗੱਲਾਂ ਹੁੰਦੀਆਂ ਵੀ ਉਹ ਗੱਲਬਾਤ ਹੈਗੀ। ਹਾਂ, 855 ਵਧੀਆ ਟਰੈਕਟਰ ਸੀ ਪਹਿਲਾਂ ਜਦੋਂ ਇਹ ਟਰੈਕਟਰ ਲੈਂਦੇ ਸੀਗੇ, ਉਦੋਂ ਪਹਿਲਾਂ ਸਾਡਾ ਮਾਨ ਸੀ ਅਰਜਨ 'ਤੇ। ਅੱਛਾ, ਅਰਜਨ ਮੈਟ 'ਤੇ, ਅਤੇ ਉਦੋਂ ਜਾਣੀ ਕਿ ਅਸੀਂ ਅਸੀਂ ਜਾ ਕੇ ਕਈ ਮੰਡੀਆਂ ਦੇਖੀਆਂ, ਉੱਥੇ ਅਸੀਂ ਇਕੱਲਿਆ ਘਰ ਹੀ ਹੁੰਦਾ ਸੀ ਜਿਹੜਾ ਅਰਜਨ ਟਰੈਕਟਰ ਹੁੰਦੀਆਂ ਦਾ ਸੀ, ਅਤੇ ਜਾਣੀ ਕਿ ਉਦੋਂ ਕੋਈ ਜ਼ਿਆਦਾ ਮੰਗ ਨਹੀਂ ਸੀ, ਜਿਹਨੂੰ ਦੇਂਦੇ ਸੀ ਸਕਦੇ ਪਹਿਲਾਂ ਆਪਾਂ ਬਹਿ ਕੇ ਦੇਖੋ ਵੀ ਕਿਹੜੇ ਟਰੈਕਟਰ ਦੀ ਮੰਗ ਆ। ਅਤੇ ਉਦੋਂ ਜਾਣੀ ਕਿ 855 ਦੀ ਮੰਗ ਇੰਨੀ ਸੀ, ਬਹੁਤ ਜ਼ਿਆਦਾ, ਜਾਣੀ ਕਿ ਸਦਾ ਵਾਹ ਟਰੈਕਟਰ ਹੈ, ਅੱਜ ਵੀ 855 ਦੀ ਮੰਗ ਉਹਨੂੰ ਹੀ ਹੈ। ਅਤੇ ਜਦੋਂ ਭਾਈ ਤੁਸੀਂ ਅਰਜਨ ਟਰੈਕਟਰ ਉਹ ਦੇਖੀ ਜਾਂਦੇ ਸੀਗੇ ਵੀ ਉਦੋਂ ਵੀ ਕੀ ਕਾਰਨ ਬਣ ਗਏ? ਇੱਕ ਤਾਂ ਮੰਗ ਤਾਂ ਇਹਦੀ ਸੀਗੀ, ਉਹਦਾ ਕੋਈ ਚੱਕਰ ਵਾਲੀ ਗੱਲ ਨਹੀਂ, ਸ਼ੱਕ ਨਹੀਂ ਹੈਗਾ ਵੀ ਅਰਜਨ ਤੋਂ ਕਾਹਤੋਂ ਮਾਣ ਵੀ ਜਿਵੇਂ ਕਿਹਦੀ ਬਦਲ ਗਿਆ ਇਹ? ਹਾਂ, ਪਹਿਲਾਂ ਅਰਜਨ ਦਾ ਮਨ ਸੀਗਾ ਵੀ ਅਰਜਨ ਲਵਾਂਗੇ, ਅਰਜਨ ਦਾ ਥੋੜ੍ਹਾ ਬੁਢਾਪਾ ਨਹੀਂ ਚੰਗਾ, ਇੱਕ ਉਹਦੀ ਰਿਪੇਅਰ ਜ਼ਿਆਦਾ ਕਰਦਾ ਉਹ, ਟਰੈਕਟਰ ਵਧੀਆ ਟਰੈਕਟਰ ਨਹੀਂ ਮਾੜਾ ਕਹਿੰਦੇ ਆਪਾਂ, ਕਹਿੰਦੇ ਵੀ ਟਰੈਕਟਰ ਦਾ ਜ਼ਿਮੀਦਾਰ ਦਾ ਪੁੱਤ ਹੁੰਦਾ ਵੀ ਮਾੜਾ ਕਹਿਣਾ ਵੀ ਨਹੀਂ ਚਾਹੀਦਾ, ਪਰ ਅਲੱਗ ਅਲੱਗ ਜਿਵੇਂ ਜਿਵੇਂ ਟਰੈਕਟਰ ਆ ਉਵੇਂ ਉਵੇਂ ਉਹਦੇ ਅਗਲੇ ਦੇ ਫਿਊਚਰ ਆ। ਜਿਵੇਂ ਅਰਜਨ ਦਾ ਬੁਢਾਪਾ, ਜਿਵੇਂ ਉਹਦੀ ਸ਼ੋਅ ਆ ਉਹ ਭਾਰੀ ਆ, ਉਹ ਛੇਤੀ ਖੜਕ ਜੇ ਜਾਂਦੀ ਆ, ਰਬੜਾਂ ਜ਼ਿਆਦਾ ਆ ਉਹਦੇ 'ਚ, ਉਹ ਜਾਣੀ ਕਿ ਡਿਗ ਡਿਗ ਜੀ ਵੱਜਦੀ ਹੈ। ਇਹ ਥੋੜ੍ਹਾ ਸਿੰਪਲ ਆ, ਨਾ ਇਹਦੀ ਸੋ ਖੜਕੀ, ਇਹ ਆਪਣਾ ਮੰਨ ਕੇ ਚਲੋ 14 ਮਾਡਲ ਟਰੈਕਟਰ ਆ, ਕੋਈ ਕਹਿੰਦਾ ਨਹੀਂ ਇਹਨੂੰ 14 ਮਾਡਲ ਟਰੈਕਟਰ ਆ। ਨਹੀਂ ਆ, ਮੈਨੂੰ ਵੀ ਐਂ ਦੇਖ ਕੇ ਐਂ ਨਹੀਂ ਹੈਗਾ ਵੀ ਵੀਡੀਓ ਬਣਾਉਣ ਦੇ ਮਾਰੇ ਜਾਣ ਕੇ ਕਹੀ ਜਾਂਦੇ ਆ ਵੀ ਟਰੈਕਟਰ ਵੀ ਐਂ 14 ਮਾਡਲ ਵਧੀਆ ਸੋਹਣਾ ਪਿਆ। ਹਾਂ, ਅਤੇ ਜੇ ਅੱਜ ਆਪਾਂ ਨੂੰ ਸਾਡੇ ਇੱਥੇ ਹੋਰ ਗਵਾਰਡ ਦੇ ਵਿੱਚ 18-19 ਮਾਡਲ ਟਰੈਕਟਰ ਵੀ ਆਏ ਵੇ ਆ, ਅਤੇ ਬਰਾਬਰ ਲਾ ਦੇ ਕੋਈ ਬੰਦਾ ਇਹਨੂੰ ਇਹ ਜੱਜ ਨਹੀਂ ਕਰਦਾ ਵੀ ਇਹ 14 ਮਾਡਲ ਆ 18-19, ਸੇਮ ਹੀ ਲੱਗਦੇ ਆ, ਜਾਣੀ ਕਿ ਇੰਨਾ ਉਸ ਤਾਂ ਆਪਣੀ ਜ਼ਿਆਦਾ ਸਮਾਈ ਆ, ਕੱਦੂ 'ਚ ਨਹੀਂ ਆਪਾਂ ਇਹ ਬਾੜਿਆ ਜਮੀ, ਸੁੱਕੇ ਸੁੱਕੇ 'ਚ ਕੰਮ ਲੈਂਦੇ ਹਾਂ। ਅਤੇ ਇੱਕ ਬਈ ਮੰਨ ਕੇ ਚੱਲੋ ਕੋਈ ਬੰਦਾ ਹੈਗਾ ਉਹ ਅੱਜ ਟਰੈਕਟਰ ਲੈਣ ਜਾਂਦਾ ਆਪਣੀ ਉਹ ਵੀਡੀਓ ਦੇਖੀ ਜਾਂਦਾ, ਅਤੇ ਉਹ ਬੰਦਾ ਉਹਦਾ ਮਨ ਹੈਗਾ ਹੌਲੈਂਡ 'ਤੇ ਜਾਂ ਅਰਜਨ 'ਤੇ ਜਾਂ ਹੋਰ ਕਿਸੇ ਟਰੈਕਟਰ ਦੇ ਉੱਤੇ, ਵੀ ਤੁਸੀਂ ਉਹਨੂੰ ਇਹ ਸਲਾਹ ਦਿਓਗੇ ਵੀ ਭਾਈ 855 ਜੇ ਲਏਗਾ ਤਾਂ ਕਿਉਂ ਲਏਗਾ, ਕਿਹੜੀਆਂ ਖੂਬੀਆਂ ਉਹਨਾਂ ਨਾਲ ਵੀ ਇਹ ਲੈਣ ਤੋਂ ਬਾਅਦ ਵੀ ਉਹ ਸੁਖੀ ਰਹੂਗਾ ਕਹਿਣ ਤੋਂ ਬਾਅਦ ਪੰਜਾਬੀ ਦੇ ਵਿੱਚ? ਜਿਹੜਾ ਇੱਕ ਤਾਂ 855 ਟਰੈਕਟਰ ਵਿੱਚ ਜ਼ਿਆਦਾ ਫੀਚਰ ਨਹੀਂ ਗੇ, ਫੀਚਰ ਮੰਨ ਲਓ ਵੀ ਜਿਵੇਂ ਸੈਂਸਰ ਵਾਲਾ ਕੋਈ ਸਿਸਟਮ ਹੈ ਨਹੀਂਗਾ, ਸਟਾਰਟਿੰਗ ਵੀ ਵਧੀਆ, ਖਰਚਾ ਵੀ ਵਧੀਆ, ਵੀ ਕੋਈ ਜ਼ਿਆਦਾ ਨਹੀਂ, ਹਰੇਕ ਬੰਦੇ ਦੇ ਜਾਣੀ ਕਿ ਬੱਸ 'ਚ ਆ। ਅਤੇ ਨੰਬਰ 2 ਦੇ ਵਿੱਚ 4 ਸਪੇਰੇ ਹਰੇਕ ਕੰਮ ਨੂੰ ਕਾਮਯਾਬ ਆ, ਛੋਲਾ ਟਰੈਕਟਰ ਹੈ, ਤੇਜ਼ੀ ਟਰੈਕਟਰ 'ਚ ਬਹੁਤ ਹੈ। ਜਿਹੜੇ ਦੂਜੇ ਟਰੈਕਟਰ ਆ ਉਹ ਮੰਨ ਜਿਵੇਂ ਜੌਂਡੀਅਰ ਹੈਗਾ, ਉਹ ਪੀਟੀਓ ਦੇ ਹੱਕ ਨੂੰ ਇਕੱਲਾ ਕਾਮਯਾਬ ਆ, ਬਹਾਈ 'ਚ ਲੋਕ ਲਈ ਤਾਂ ਫਿਰਦੇ ਆ, ਪਰ ਉਹਦੀ ਉਹ ਗੱਲਬਾਤ ਨਹੀਂ ਵੀ ਜਾਣੀ ਕਿ ਖਰਚਾ ਜ਼ਿਆਦਾ ਪਾਉਂਦਾ ਹੈਗਾ। ਜਿਵੇਂ ਇਹ ਟਰੈਕਟਰ ਆ ਜਿਹੋ ਜਿਹਾ ਕੰਮ ਲਵਾਂਗੇ ਇਹਦਾ ਉਹੋ ਜਿਹਾ ਖਰਚਾ, ਕੋਈ ਐਂ ਜ਼ਿਆਦਾ
ਇਹ ਜਿਉਂ ਜਿਉਂ ਇਹਦੇ ਆਪਾਂ ਲੋਡ ਪਾਵਾਂਗੇ, ਜਿੰਨਾ ਕੁ ਲੋਡ ਪਾਵਾਂਗੇ ਤੇਲ ਤਾਂ ਲੋਡ ਦੇ ਹਿਸਾਬ ਨਾਲ ਖਾਣਾ। ਬਹਾਈ ਵੀ ਜੇ ਆਪਾਂ 1500 ਦੇ 1600 ਚੱਕਰ ਤੋਂ ਹੇਠਾਂ ਰੱਖਾਂਗੇ ਕੋਈ ਖਾਸ ਖਰਚਾ ਨਹੀਂ। ਹਾਂ ਜੇ ਆਪਾਂ ਖਰਚੇ ਮੰਨ ਕੇ ਚੱਕਰੀ 1600 ਤੋਂ ਉੱਪਰ ਕਰਾਂਗੇ ਫਿਰ ਤਾਂ ਖਰਚਾ ਟਿੱਟ ਨੇ ਹਰੇਕ ਨਹੀਂ ਖਾਣੀ ਖਾਣਾ, ਜਾਣੀ ਕਿ 1500-1600 ਚੱਕਰ ਤੱਕ ਕੋਈ ਖਾਸ ਨਹੀਂ। ਅਤੇ ਇੱਕ ਬਾਈ ਇਹਦੇ ਵਿੱਚ ਜਿਵੇਂ ਹੁਣ ਜੌਂਡੀਅਰ ਆ ਜਿਹੜਾ ਉਹ ਆਪਦੇ ਮਸ਼ਹੂਰ ਆ ਵੀ ਉਹ ਲੀਕ ਲੂਕ ਨਹੀਂ ਹੁੰਦੇ ਵੀ ਅਮੈਰੀਕਨ ਕੰਪਨੀ ਦੇ ਟਰੈਟ ਆ ਵੀ ਉਹ ਚੀਜ਼ ਵਧੀਆ ਵੀ ਇਹ ਵੀ ਐਂ ਵੀ ਕਿਤੇ ਆਪਣਾ ਟਿੱਟ 4 ਸਪੇਅਰ ਕਿਤੋਂ ਤੌਂਕਾ ਵੀ ਨਹੀਂ ਛੱਡਦਾ। ਇਹ ਤਾਂ ਜਾਣੀ ਕਿ ਆਪਣੀ ਇੱਕ ਸਮਾਈ ਆ ਗਈ ਮੇਨ ਤਾਂ, ਅਤੇ ਨਹੀਂ ਵਹਿਮ ਆ ਵਾਧੂ ਜੇ ਆਪਾਂ ਉਹ ਗੌਰ ਹੀ ਨਾ ਕਰਾਂਗੇ ਮਸ਼ੀਨਰੀ ਦੀ ਫਿਰ ਤਾਂ ਲੀਕ ਤਾਂ ਹੋਣਾ ਹੀ ਆ। ਅਤੇ ਇੱਕ ਮੇਰਾ ਹੋਰ ਸਵਾਲ ਆ ਹੁਣ ਹੁਣੀ ਹੁਣੀ ਦਿਮਾਗ ਦੇ ਵਿੱਚ ਆਇਆ ਵੀ ਜਿਵੇਂ ਹੁਣ 14 ਮਾਡਲ ਟਰੈਕਟਰ ਹੈ ਨਾ ਵੀ ਇੰਨਾ ਵਧੀਆ ਪਿਆ ਵੀ ਇਹੋ ਜਿਹਾ ਕੀ ਖਾਸ ਬਾਈ ਸਾਂਭ ਸਮਾਈ ਦੇ ਵਿੱਚ ਕਰਦੇ ਆ ਵੀ ਇੰਨਾ ਵਧੀਆ ਰੱਖੀ ਬੈਠੇ ਆ? ਇਹ ਮੰਨ ਕੇ ਚਲੋ ਵੀ ਅਸੀਂ ਰੇਤਾ ਤਾਂ ਇਹਨੂੰ ਪੈਣ ਨਹੀਂ ਦਿੰਦੇ ਕਿਤੇ, ਜਦੋਂ ਕੋਈ ਬਾਹਣ ਵਾਹੁਣਾ ਕਰਨਾ ਉਦੋਂ ਬਾਅਦ ਸਾਫ਼ ਕਰਕੇ ਬਲੋਰ ਮਾਰ ਕੇ ਫਿਰ ਘਰੇ ਲਾਉਣਾ ਖੜਾਉਣਾ। ਪਾਣੀ ਨਾਲ ਬਾਈ ਧੋ ਕੇ ਧੋਂਦੇ ਨਹੀਂ? ਪਾਣੀ ਨਹੀਂ, ਪਾਣੀ ਦੇ ਨਾਲ ਤਾਂ ਜੰਗਾਲ ਪੈਂਦੀ ਹੈ। ਜਿਹੜਾ ਕੋਈ ਰੇਤਾ ਜਾਣੀ ਕਿ ਸੁੱਕੇ ਸੁੱਕੇ ਦੇ ਬਲੋਰ ਮਾਰ ਕੇ ਲਾ ਕੇ ਵਧੀਆ ਸਾਫ਼ ਕਰਕੇ ਫਿਰ ਅੰਦਰ ਲਾਉਣਾ। ਅੱਛਾ, ਹਾਂ ਵੀ ਧੋਂਦੇ ਨਹੀਂ? ਨਾ ਧੋਣਾ ਨਹੀਂ, ਧੋਣਾ ਤਾਂ ਜਦੋਂ ਕੋਈ ਜ਼ਿਆਦਾ ਵੀ ਗਾਰੇ ਗੂਰੇ 'ਚ ਬੜਿਆ ਵਾ, ਹਾਂ ਵੱਖਰੀ ਨਹੀਂ ਕੱਦੂ ਆਪਾਂ ਇਹਦੇ ਨਾਲ ਕਰਦੇ ਨੀਗੇ, ਸੁੱਕੇ ਸੁੱਕੇ ਜੀ ਇਹ ਤੋਂ ਕੰਮ ਲੈਂਦੇ ਹਾਂ, ਸੁੱਕੇ ਵਾਲਾ ਕੰਮ ਹੀ ਸਾਰਾ ਇਹ ਤੋਂ ਲੈਂਦੇ ਹਾਂ ਵੀ ਗਾਰੇ 'ਚ ਨਹੀਂ ਆਪਾਂ ਨੂੰ ਵਾੜਦੇ, ਘੱਟ ਹੀ ਵਾੜਦੇ। ਠੀਕ ਹੈ। ਇੱਕ ਬਈ ਉਹ ਜਿਹੜੀ ਜਿਵੇਂ ਦੂਜੇ ਟਰੈਕਟ ਆ ਵੀ ਉਹ 2000 RPM ਤੋਂ ਉੱਪਰ ਨਹੀਂ ਜਾਂਦਾ ਵੀ ਇਹ ਆਪਾਂ ਹੁਣ ਵੀਡੀਓ ਉੱਥੇ ਲਾ ਦਿਆਂਗੇ ਆਪਣੇ ਵੀ ਉਹ 2400 ਤੱਕ ਜਾਂਦੇ ਹੈ ਨਾ ਇਹਦੇ? ਹਾਂ ਇਹ ਨਾ ਜਦੋਂ ਪਹਿਲਾਂ ਸੈਟਿੰਗ ਤੋਂ ਪਹਿਲਾਂ ਮੰਨ ਕੇ ਚੱਲ ਇਹ 2000 ਤੱਕ ਹੀ ਰਹਿੰਦਾ ਸੀਗਾ, ਜਿਉਂ ਅਸੀਂ ਹੁਣ ਇਹਦੀ ਮਾੜੀ ਸੈਟਿੰਗ ਕਰਾਈ ਆ ਪੰਪ ਦੀ, ਹੁਣ ਜਾਣੀ ਕਿ 2400 'ਤੇ ਜਾ ਕੇ ਵੀ ਕਹਿੰਦਾ ਵੀ ਗਾਹਾਂ ਨੂੰ ਚੱਲ ਪਿੱਛੇ ਮੋੜਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਵੀ ਹੁਣ ਦਬ ਦਬਨ ਵਾਲਾ ਕੰਮ ਹੀ ਹੈ ਨਹੀਂ, ਜਾਣੀ ਕਿ ਪਹਿਲਾਂ ਥੋੜ੍ਹਾ ਦਬ ਜਾਂਦਾ ਸੀ ਹੁਣ ਦਬਨ ਦਬਨ ਵਾਲਾ ਕੰਮ ਹੈ ਨਹੀਂ, ਹੁਣ ਤਾਂ ਜਾਣੀ ਕਿ ਜਿਵੇਂ ਹੌਸ ਪਾਵਰ ਦੀ ਘੱਟ ਹੈ ਅਤੇ ਪਰ 60 ਹੌਸ ਪਾਵਰ ਨਾਲ ਭਿੜਦਾ, ਜਾਣੀ ਕਿ ਕੰਮ ਇਹ 60 ਹੌਸ ਪਾਵਰ ਜਿੰਨੇ ਹੀ ਕਰੀ ਜਾਂਦਾ। ਇਹਦੀ ਹੁੰਦੀ ਆ ਮੇਰਾ ਹੌਸ ਪਾਵਰ ਘੱਟ ਹੈ, 50 ਹੁੰਦੀ ਹੈ ਨਾ? 55 ਹੁੰਦੀ ਹੈ। 55, ਚਲੋ ਠੀਕ ਹੈ ਜੀ। ਅਤੇ ਹਾਂਜੀ ਬਾਈ, ਓਕੇ ਜੀ। ਅਤੇ ਅੱਜ ਬਾਈ ਤੁਹਾਨੂੰ 855 ਦਿਖਾਇਆ, ਜੇ ਕਿਸੇ ਵੀਰ ਨੇ ਟਰੈਕਟਰ ਕੋਈ ਨਵਾਂ ਲੈਣਾ ਜਾਂ ਕੋਈ ਸੈਕਿੰਡ ਹੈਂਡ ਵੀ ਮੰਨ ਕੇ ਚੱਲੋ ਬੰਦਾ ਬਦਲਣ ਦੀ ਸੋਚੀ ਜਾਂਦਾ ਵੀ 855 ਲੈਣਾ ਹੈ ਨਾ, ਆਹ ਵੀਡੀਓ ਦੇਖ ਕੇ ਉਹਦੇ ਬਹੁਤ ਹੱਦ ਤੱਕ ਜਿਹੜੇ ਡਾਊਟ ਆ ਉਹ ਕਲੀਅਰ ਹੋ ਜਾਣਗੇ ਵੀ ਭਾਈ 855 ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ। ਇਹ ਬਾਈ ਜਿਹੜਾ ਬਲਜਿੰਦਰ ਹੈ ਇਹ ਜਾਣੀ ਕਿ ਵੀ ਬਹੁਤ ਟਾਈਮ 'ਤੇ ਖੇਤੀ ਕਰੀ ਜਾਂਦੇ, ਪਹਿਲਾਂ ਦਾ ਕਿੱਤਾ ਹੀ ਇਹ ਆ ਵੀ ਪੂਰਾ ਜਾਣੀ ਕਿ ਨੌਲੇਜ ਆ ਟਰੈਕਟ ਬਾਰੇ ਵੀ ਇਹਨੇ ਜੋ ਵੀ ਕੁਝ ਦੱਸਿਆ ਵੀ ਉਹ ਚੀਜ਼ਾਂ ਬਹੁਤ ਮਦਦ ਕਰ ਸਕਦੀਆਂ। ਧੰਨਵਾਦ।